ਸੁਣੋ ਪਿਆਰ ਪਰ ਸਸਟੀ ਕਾ ਦੋਸਤੋ ਗੱਲ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਕਰਨ ਆਇਲਾ ਇਤਾਂ ਦਾਸ ਨੇ ਦੋਸਤੋ ਕਰਨ ਆਇਲਾ ਦੀ ਐਰਮਨ ਲੈ ਕੇ ਫੈਨਸ ਦੇ ਮਨ ਵਿੱਚ ਕਈ ਸਵਾਲ ਚੱਲਦੇ ਪਏ ਨੇ ਤੇ ਕਰਨ ਆਇਲਾ ਇਹਦੇ ਬਾਰੇ ਕੋਈ ਵੀ ਅਪਡੇਟ ਨਹੀਂ ਦੇ ਰਿਹਾ। ਆਗੂ ਲੱਗੇ ਉਹ ਫੈਨਸ ਨੇ ਇੱਕ ਤਰ੍ਹਾਂ ਨਾਲ ਟੀਜ਼ ਕਰਦੇ ਪਏ ਨੇ ਤੇ ਕਰਨ ਆਇਲਾ ਦੇ ਫੈਨਸ ਇਸ ਵੀ ਨਾ ਖੁਸ਼ ਨਹੀਂ ਹੈਗੇ। ਤਾਂ ਦੱਸਣੇ ਦੋਸਤੋ ਖੁਸ਼ੀਆਂ ਦੇ ਵਿੱਚ ਕਰਨ ਆਇਲਾ ਦੀ ਆਰਮ ਦਾ ਪੋਸਟ ਸਾਹਮਣੇ ਆ ਜਾਏਗਾ ਤੇ ਨਾਲ ਦੋਸਤੋ ਸਿੱਧੂ ਮੂਸੇਵਾਲੇ ਦੇ ਨੈਕਸਟ Song ਦੀ ਰਿਲੀਜ਼ ਸ਼ੈਡਿਊਲ ਸਾਹਮਣੇ ਆ ਜਾਏਗੀ। ਇਹਦੇ ਵਿੱਚ ਦੋਸਤੋ ਬਗਲ ਕਰਦੇ ਆ ਰੱਖੇ ਦੀ ਜਿੰਨੇ ਵੱਲੋਂ ਟਾਰਗੇਟ ਕੀਤਾ ਗਿਆ ਸੀ ਇੱਕ ਵਾਰ ਸਿੱਧੂ ਮੂਸੇਵਾਲੇ ਨੂੰ ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਫੈਨਸ ਨੇ ਕਾਫੀ ਜ਼ਿਆਦਾ ਇੱਕ ਤਰ੍ਹਾਂ ਨਾਲ ਰੋਸ ਰੀਲੀਜ਼ ਕੀਤਾ ਗਿਆ ਸੀ ਜੋ ਕਾਫੀ ਸੋਫਰ ਟੋਪਰ ਹਿੱਟ ਗਿਆ ਸੀ ਉਸ ਤੋਂ ਬਾਅਦ ਬੈਕ ਟੂ ਬੈਕ ਰਾਕੇ ਵੱਲੋਂ ਕਈ ਗਾਣੇ ਰਿਲੀਜ਼ ਕੀਤੇ ਗਏ ਜਿਨ੍ਹਾਂ ਵਿੱਚ ਕਲਾਕਾਰ ਤੇ ਹਾਲ ਫਿਲਹਾਲ ਵਿੱਚ ਰਿਲੀਜ਼ ਹੋਇਆ ਗਾਣਾ ਸੁਆਦ ਵੀ ਆਉਂਦਾ ਤੁਹਾਨੂੰ ਦੱਸ ਨੇ ਕਿ ਜਿਹੜੇ ਗਾਣੇ ਹੈਗੇ ਨੇ ਬਹੁਤ ਘੱਟ ਸਮੇਂ ਦੇ ਵਿੱਚ ਰਿਲੀਜ਼ ਕੀਤੇ ਗਏ ਲੇਕਿਨ ਕੌਂਟਰੋਵਰਸੀ ਹੋਣ ਤੋਂ ਬਾਅਦ ਰਾਕੇ ਵੱਲੋਂ ਹੁਣ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਸਵਾਦ ਗਾਣਾ ਗਾਕਣੇ ਗਾਇਸ ਤੇ ਕਲਾਕਾਰ ਗਾਣਾ ਗਾਇਸੀ ਉਹਦੇ ਵਿੱਚ ਰੱਖਿਆ ਨੇ ਸਪੈਸ਼ਲੀ ਗੱਲ ਇਹ ਕਹੀ ਸੀ ਕਿ ਹੁਣ ਉਹ ਨਸ਼ਿਆਂ ਉੱਪਰ ਗਾਣੇ ਨਹੀਂ ਗਾਏਗਾ ਇਸ ਤੋਂ ਬਾਅਦ ਰਾਕੇ ਵੱਲੋਂ ਹੁਣ ਕੋਈ ਵੀ ਨਵਾਂ 뮤직 ਲਾਂਚ ਨਹੀਂ ਕੀਤਾ ਗਿਆ ਨਾ ਹੀ ਇਹਦੇ ਬਾਰੇ ਕੋਈ ਅਪਡੇਟ ਦਿੱਤੀ ਗਈ ਹੈ ਹੁਣ ਰਾਕੇ ਦੀ ਇਸ ਚੁੱਪ ਦੇ ਪਿੱਛੇ ਕੀ ਕਾਰਨ ਹੈਗਾ ਇਹਦਾ ਕਹਿਣਾ ਮੁਸ਼ਕਿਲ ਹੈ ਲੇਕਿਨ ਜਿਹੜਾ ਬੈਕ ਟੂ ਬੈਕ ਕਈ ਗਾਣੇ ਰਿਲੀਜ਼ ਕਰ ਰਿਆ ਸੀ ਇਕਦਮ ਉਹਦਾ ਇਦਾਂ ਗਾਣੇ ਰਿਲੀਜ਼ ਕਰਨਾ ਬੰਦ ਕਰ ਦੇਣਾ ਆਪਣੇ ਆਪ 'ਚ ਇੱਕ ਕੁਐਸਚਨ ਖੜਾ ਕਰਦਾ ਹੈ ਏ ਸਭ ਹੋਇਆ ਦੋਸਤੋ ਰਾਕੇ ਨਾਲ ਜਦੋਂ ਦੀ ਕੌਂਟਰੋਵਰਸੀ ਹੋਈ ਉਸ ਤੋਂ ਬਾਅਦ ਹੁਣ ਦੇਖਣਾ ਹੋਏਗਾ ਕਿ ਰਾਕੇ ਦਾ ਜਿਹੜਾ ਨੈਕਸਟ ਗਾਣਾ ਹੋਏਗਾ ਉਹ ਗਾਣਾ ਕਿਵੇਂ ਦਾ ਹੋਏਗਾ ਬਾਕੀ 250 ਮਿਊਜ਼ਿਕ ਇੰਡਸਟਰੀ ਦੀਆਂ ਹੋਰ ਅਪਡੇਟਸ ਹਰ ਚੈਨਲ ਸਬਸਕ੍ਰਾਈਬ ਕਰੋ ਮਿਲਦੇ ਆ ਹੋਰ ਵੀਡੀਓਜ਼ ਨਾਲ ਧੰਨਵਾਦ